पंजाब के मौजूदा हालात देख श्रोमणी कमेटी ने कढ़िया रोस मार्च। अमित पाल के समर्थकों को रिहाई ना मिलने उत्ते जताया रोस। एडवोकेट हरजिंदर धामी ने मौजूदा सरकार उत्ते विन्ने निशानी। पंजाब के मौजूदा हालातों को लेकर श्रोमणी कमेटी के वालों श्री दरबार साहिब के बारह घंटाघर प्लाजा तो डीसी दफ्तर तक रोस मार्च शुरू किया गया, जिसकी अगुवाई श्रोमणी कमेटी प्रधान हरजिंदर सिंह धामी के वालों की गई। इस एसजीपीसी के सकत्तर सरदार प्रताप सिंह समेत होर श्रोमणी कमेटी मैंबर अधिकारी ते कर्मचारी शामिल रहे। यह मार्च शहर के वख-वख इलाकों तो हुंदा होया डीसी दफ्तर पहुंच के डीसी नूं मंग पत्र सौंपिया। ਅਸੀਂ ਆਜ਼ਾਦ ਤੌਰ ਤੇ ਅੱਜ ਬੈਠੇ ਇੱਥੇ ਸਿੱਖ ਨੌਜਵਾਨ ਕੋਈ ਅਹਿਸਾਸ ਕਰਵਾਊਗਾ ਕਿਸੇ ਨੂੰ ਕੋਈ ਸਿੱਖ ਨੌਜਵਾਨਾਂ ਦੇ ਖਿਲਾਫ ਦਮਨ ਸਿੱਖ ਨੌਜਵਾਨਾਂ ਦੇ ਖਿਲਾਫ ਕਿਉਂਕਿ ਆ ਨਰੇਟਿਵ ਨਵਾਂ ਸਿਰਜਿਆ ਗਿਆ 18 ਤਰੀਕ ਤੋਂ ਬਾਅਦ ਇਹਦੇ ਵਿੱਚ ਆ ਹੁਣੇ ਵੀ ਬਾਰ ਬਾਰ ਪ੍ਰੈਸ ਕਹਿ ਰਹੀ ਆ ਖਾਲਿਸਤਾਨ ਇਸ ਮੁੱਦੇ ਨੂੰ ਲੈ ਕੇ ਅਸੀਂ ਪਹਿਲਾਂ ਵੀ ਬਹੁਤ ਵੱਡਾ ਪੰਜਾਬ ਦੇ ਵਿੱਚ ਨੁਕਸਾਨ ਕਰਵਾਇਆ ਅਤੇ ਮੈਂ ਬਾਰ ਬਾਰ ਕਹਿੰਦਾ ਇਹ ਕੋਈ ਖਾਲਿਸਤਾਨ ਅਫੈਂਸ ਆ ਕਹਿਣਾ ਹੁਣ ਤਾਂ ਜਸਟੀਫਾਈਡ ਆ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਅਤੇ ਇਸ ਆੜ ਤਹਿਤ ਜਿਹੜਾ ਆ ਰੋਜ਼ ਦੀ ਰੋਜ਼ ਦੀ ਹੋਰ ਕਿੰਨੇ ਬੱਚੇ ਜਿਹੜੇ ਇਨਵੋਲਵ ਵਿੱਚ ਕੀਤੇ ਗਏ ਅਤੇ ਉਹ ਅਸੀਂ ਤਾਂ ਇਹ ਆ ਵੀ ਜਿਹੜੇ ਝੂਠੇ ਆ ਉਹਨਾਂ ਨੂੰ ਤੁਰੰਤ ਜਿਹੜਾ ਰਿਹਾਅ ਕੀਤਾ ਜਾਣਾ ਚਾਹੀਦਾ ਰਿਹਾਅ ਨਹੀਂ ਡਿਸਚਾਰਜ ਕੀਤੇ ਜਾਣੇ ਚਾਹੀਦੇ ਅਤੇ ਸਰਕਾਰ ਕਹਿੰਦੀ ਆ ਛੱਡਦੇ ਆ ਮੇਰੇ ਵੀ ਸੋਰਸ ਕਹਿੰਦੇ ਆ ਵੀ 107 151 ਵਾਲੇ ਛੱਡ ਦਿੱਤੇ ਆ ਪਰ ਜਿਹੜੇ ਦੂਜੇ ਫਾਲਸ ਕਿਸੇ ਸੀ ਆਰ ਪੀ ਤਲੇ ਆ ਉਹਨਾਂ ਦੀ ਵੀ ਨਜ਼ਰਸਾਨੀ ਸਰਕਾਰ ਕਰ ਲਵੇ ਅਤੇ ਲੋਕਾਂ ਨੂੰ ਇੰਨਾ ਤਾਂ ਅਧਿਕਾਰ ਹੈਗਾ ਨਾ ਵੀ ਜੇ ਸਿੱਖਾਂ ਦੀ ਗੱਲ ਆ ਜਹੇਦਾਰ ਅਕਾਲ ਤਖਤ ਦਾ ਨਿਰਦੇਸ਼ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅਤੇ ਜਿਹੜੇ ਸਾਰੇ ਯਤਨ ਕਰੇ ਅਤੇ ਅਸੀਂ ਉਹਨੂੰ ਵੀ ਫੋਲੋ ਕਰਦੇ ਹਾਂ ਤਾਂ ਸਾਡਾ ਆਪਣਾ ਵੀ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਪ੍ਰਤੀਨਿਧ ਜਮਾਤ ਸਿੱਖਾਂ ਦੀ ਹੋਣ ਦੇ ਨਾਤੇ ਵੀ ਅਸੀਂ ਉਹਨਾਂ ਨੂੰ ਲੀਗਲ ਅਸਿਸਟੈਂਸ ਵੀ ਦੇਵਾਂਗੇ ਅਸੀਂ 100 ਵਾਰੀ ਕਹਿ ਚੁੱਕੇ ਹਾਂ ਅਤੇ ਉਹਨਾਂ ਦੇ ਕੇਸਾਂ ਦੀ ਪੈਰਵਾਈ ਵੀ ਕਰਾਂਗੇ ਇਹ ਵੀ 100 ਵਾਰੀ ਕਹਿ ਚੁੱਕੇ ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਮੌਰ ਜਥੇਬੰਦੀ ਆ ਇਹ ਹਰ ਕੰਮ ਨੂੰ ਉਹਨਾਂ ਦਾ ਜੋ ਵੀ ਸਿੱਖਾਂ ਦੇ ਨਾਲ ਸੰਬੰਧਿਤ ਜਾਂ ਕਹਿ ਲਈ ਆ ਮੌਜੂਦਾ ਦੌਰ ਚੱਲਿਆ ਉਹਦੇ ਲਈ ਅਸੀਂ ਪਾਉਂਦੇ ਹਾਂ ਅਤੇ ਅਸੀਂ ਉਹਦੇ ਲਈ ਪੂਰੀ ਪੈਰਵੀ ਕਰਾਂਗੇ। ਭਗਵੰਤ ਮਾਨ ਮੁੱਖ ਮੰਤਰੀ ਜਿਹੜਾ ਹੈਗਾ ਉਹ ਜਥੇਦਾਰ ਅਕਾਲ ਤਖਤ ਦੇ ਖਿਲਾਫ ਬਹੁਤ ਕੁਝ ਬੋਲ ਰਿਹਾ, ਉਹਨੇ ਕਿਹਾ ਗ੍ਰੰਥੀਆਂ ਦੇ ਕਹਿਣ 'ਤੇ ਫੈਸਲੇ ਨਹੀਂ ਬਦਲੇ ਜਾਂਦੇ। ਉਹ ਦੇਖੋ ਬੇਨਤੀ ਇਹ ਆ ਇਹ ਗ੍ਰੰਥੀ ਨਹੀਂ ਗਏ, ਇਹ ਜਿਹੜਾ ਜਥੇਦਾਰ ਅਕਾਲ ਤਖਤ ਆ ਕੌਮ ਦਾ ਸਰਮੌਰ ਸ਼ਖਸੀਅਤ ਆ ਅਤੇ ਇਸ ਗੱਲ ਦਾ ਇਤਿਹਾਸ ਗਵਾਹ ਆ ਵੀ ਜਿੰਨੇ ਵੀ ਅਕਾਲ ਤਖਤ ਨਾਲ ਟਕਰਾਏ ਆ ਉਹ ਭਗਵੰਤ ਮਾਨ ਵੀ ਤਾਂ ਸਿੱਖਾਂ ਦਾ ਬੱਚਾ ਨਾ ਅਤੇ ਸਿੱਖ ਹੀ ਆ ਉਹਨੂੰ ਪਤਾ ਆ ਸਾਰੀ ਗੱਲ ਦਾ ਅਤੇ ਫਿਰ ਜੇ ਉਹਨਾਂ ਨੂੰ ਗ੍ਰੰਥੀ ਕਹਿ ਕੇ ਮੁਖਾਤਬ ਕਰਾਂਗੇ ਤਾਂ ਇਹ ਵੀ ਮੈਂ ਕਹਿੰਦਾ ਕਿੰਨੀ ਕੁ ਉਹਨੂੰ ਸੋਭਾ ਦਿੰਦਾ। ਅਕਸਰ ਹਰ ਇੱਕ ਬੰਦਾ ਜੇ ਹੁਣ ਮੈਂ ਉਹਨੂੰ ਮੁੱਖ ਮੰਤਰੀ ਨੂੰ ਕਹਾਂ ਮਾਣ ਆ ਮੰਨ ਲਓ ਉਹ ਸੋਭਾ ਦਊਗੀ ਪਰ ਮੁੱਖ ਮੰਤਰੀ ਸਾਹਿਬ ਆ ਅਤੇ ਜਥੇਦਾਰ ਅਕਾਲ ਤਖਤ ਕੌਮ ਦੇ ਜਥੇਦਾਰ ਆ ਕੌਮ ਦੀ ਅਗਵਾਈ ਕਰਦੇ ਆ ਪਹਿਲਾਂ ਤਾਂ ਪ੍ਰੋਪਰ ਲਫ਼ਜ਼ ਬੋਲਣੇ ਚਾਹੀਦੇ। ਦੂਜੀ ਗੱਲ ਜਿਸਲੇ ਵੀ ਕੋਈ ਭੀੜ ਪੈਂਦੀ ਆ ਜਿਸਲੇ ਵੀ ਕੋਈ ਕੌਮੀ ਮਸਲਾ ਆਉਂਦਾ ਸਿੰਘ ਸਾਹਿਬ ਅਕਾਲ ਤਖਤ ਉਸਲੇ ਲੀਡ ਕਰਦਾ ਉਹਨੇ ਪ੍ਰਾਤਨ ਆਪਣੀਆਂ ਰਵਾਇਤਾਂ ਕਾਇਮ ਰੱਖੀਆਂ ਤਾਂ ਉਹਨਾਂ ਰਵਾਇਤਾਂ ਦੇ ਉੱਤੇ ਸਾਨੂੰ ਵੀ ਨਹੀਂ। ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ, ਚੜ੍ਹਦੀ ਕਲਾ ਟਾਈਮ ਟੀਵੀ।